ਸਿੱਧੂ ਮੂਸੇਵਾਲਾ ਬਾਈ ਦੇ ਅਟੈਚ ਗਾਣੇ ਦੀ ਸਾਰਿਆਂ ਨੂੰ ਵੇਟ ਸੀ, ਜਿਹੜਾ ਕਿ ਹੁਣ ਰਿਲੀਜ਼ ਹੋ ਚੁੱਕਿਆ। ਦੇਖੋ ਇਸ ਵੀਡੀਓ 'ਚ ਆਪਾਂ ਸਿੱਧੂ ਮੂਸੇਵਾਲਾ ਬਾਈ ਦੇ ਅਟੈਚ ਗਾਣੇ ਦੇ ਲਿਰਿਕਸ ਦੇ ਬਾਰੇ, ਉਹਦੇ ਮਿਊਜ਼ਿਕ ਦੇ ਬਾਰੇ ਗੱਲ ਕਰਾਂਗੇ। ਗਾਣਾ ਰਿਲੀਜ਼ ਹੋਣ ਤੋਂ ਕੁਝ ਘੰਟੇ ਪਹਿਲਾਂ ਲੀਕ ਵੀ ਹੋ ਚੁੱਕਿਆ ਸੀ, ਉਹ ਕੀ ਸਟੋਰੀ ਸੀ ਉਹਦੇ ਬਾਰੇ ਗੱਲ ਕਰਾਂਗੇ। ਤੇ ਇਸ ਤੋਂ ਇਲਾਵਾ ਅਟੈਚ ਸੌਂਗ ਨੂੰ ਮਿਲਾ ਕੇ 9 ਹੋਰ ਗਾਣੇ, ਯਾਨੀ ਕਿ ਟੋਟਲ 10 ਗਾਣਿਆਂ ਦੇ ਬਾਰੇ ਮੈਂ ਦੱਸੂਗਾ। 9 ਗਾਣਿਆਂ ਦੇ ਵਿੱਚ ਇਦਾਂ ਦੀ ਚੀਜ਼ ਹੈ ਜਿਹੜੀ ਅਟੈਚ ਗਾਣੇ ਦੇ ਨਾਲ ਬਿਲਕੁਲ ਮੈਚ ਹੁੰਦੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸੋ ਆਓ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਵਾਲਾ ਗਾਣਾ ਰਿਲੀਜ਼ ਹੋਣ ਤੋਂ ਕੁਝ ਟਾਈਮ ਪਹਿਲਾਂ ਹੀ ਲੀਕ ਹੋ ਚੁੱਕਿਆ ਸੀ, ਤੇ ਵੈਸੇ ਤਾਂ ਲੀਕ ਹੋਣ ਤੋਂ ਕੁਝ ਟਾਈਮ ਬਾਅਦ ਹੀ ਇਹ ਗਾਣਾ ਸਪੋਟੀਫਾਈ ਤੇ ਵੀ ਆ ਗਿਆ ਸੀ, ਤੇ ਸਿੱਧੂ ਬਾਈ ਦੇ ਜਿਹੜਾ ਆਫੀਸ਼ੀਅਲ YouTube ਚੈਨਲ ਹੈ, ਉਸ ਚੈਨਲ ਤੇ ਵੀ ਆਫੀਸ਼ੀਅਲ ਆਡੀਓ ਜਨਰੇਟ ਹੋ ਗਿਆ ਸੀ। ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਜਦੋਂ ਸਿੱਧੂ ਬਾਈ ਦੀ ਆਫੀਸ਼ੀਅਲੀ ਵੀਡੀਓ ਆਉਣੀ ਹੁੰਦੀ ਹੈ, ਤੇ ਉਸ ਤੋਂ ਪਹਿਲਾਂ ਸਿੱਧੂ ਬਾਈ ਦੇ ਕਈ ਗਾਣੇ ਆਡੀਓ ਪਲੇਟਫਾਰਮਸ ਤੇ ਆ ਜਾਂਦੇ ਨੇ। ਹੁਣ ਕੁਝ ਲੋਕਾਂ ਨੇ ਤਾਂ ਲੀਕ ਵਾਲਾ ਗਾਣਾ ਸੁਣ ਲਿਆ ਸੀ, ਉਸ ਤੋਂ ਥੋੜੇ ਟਾਈਮ ਬਾਅਦ ਹੀ ਫਿਰ ਸਿੱਧੂ ਬਾਈ ਦੇ ਚੈਨਲ ਤੇ ਵੀ ਜਾ ਕੇ ਸੁਣ ਲਿਆ। ਤੇ ਗਾਣੇ ਲੀਕ ਹੋਣ ਦਾ ਕੋਈ ਇੱਕ ਕਾਰਨ ਨਹੀਂ ਹੈ, ਇਹਦੇ ਬਹੁਤ ਵੱਖ-ਵੱਖ ਕਾਰਨ ਨੇ, ਤੇ ਇਸ ਚੀਜ਼ ਦਾ ਪਤਾ ਲਵਾਉਣਾ ਥੋੜਾ ਔਖਾ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਚੀਜ਼ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ, ਲੋਕ ਜਿਹਨੂੰ ਸੁਣਨ ਲਈ ਦੇਖਣ ਨੂੰ ਜ਼ਿਆਦਾ ਤਰਸੇ ਹੁੰਦੇ ਨੇ, ਲੋਕ ਆਪਣੇ ਆਪਣੇ ਪਲੇਟਫਾਰਮਸ ਤੇ ਪਾ ਕੇ ਇਨਕਮ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਤੋਂ ਪਹਿਲਾਂ ਕਿ ਉਹ ਆਫੀਸ਼ੀਅਲੀ ਰਿਲੀਜ਼ ਹੋਵੇ। ਤੇ ਅਸੀਂ ਵੀ ਸ਼ੁਰੂ ਤੋਂ ਹੀ ਕਹਿੰਦੇ ਆਏ ਹਾਂ ਕਿ ਲੀਕ ਨਾ ਕਰੋ, ਗਾਣੇ ਆਫੀਸ਼ੀਅਲੀ ਗਾਣੇ ਆ ਜਾਣੇ ਨੇ, ਤੇ ਇਸ ਗਾਣੇ ਦੇ ਵਿੱਚ ਤਾਂ ਸਿਰਫ ਕੁਝ ਘੰਟੇ ਹੀ ਬਾਕੀ ਸੀ, ਇਦਾਂ ਵੀ ਨਹੀਂ ਸੀ ਕਿ ਬਹੁਤ ਟਾਈਮ ਪਿਆ ਸੀ ਗਾਣੇ ਰਿਲੀਜ਼ ਹੋਣ ਨੂੰ, ਤੇ ਇਸ ਲਈ ਲੀਕ ਕਰਤਾ ਲੋਕਾਂ। ਸੋ ਇਸ ਤੋਂ ਬਾਅਦ ਆਪਾਂ ਅਟੈਚ ਗਾਣੇ ਦੇ ਬਾਰੇ ਗੱਲ ਕਰ ਲੈਂਦੇ ਹਾਂ। ਆਪਾਂ ਇਹਦੇ ਮਿਊਜ਼ਿਕ ਤੇ ਲਿਰਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਆਪਾਂ ਵੀਡੀਓ ਦੀ ਗੱਲ ਵੀ ਕਰਾਂਗੇ। ਗਾਣਾ ਜਦੋਂ ਸ਼ੁਰੂ ਹੁੰਦਾ ਹੈ ਉਦੋਂ ਤਾਂ ਆਪਾਂ ਨੂੰ ਪਿਆਨੋ ਹੀ ਸੁਣਦੀ ਹੈ, ਜਿਹੜਾ ਕਿ ਇੱਕ ਮੇਨ ਇੰਸਟਰੂਮੈਂਟ ਹੈ। ਤੇ ਇਹ ਵਾਲਾ ਸੀਨ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੇਖਣ ਨੂੰ ਮਿਲ ਜੂਗਾ, ਸਟੀਲ ਬੈਂਗਲ ਬਾਈ ਵਜਾ ਰਿਹਾ ਉਸ ਇੰਸਟਰੂਮੈਂਟ ਨੂੰ, ਤੇ ਫਿਰ ਅਚਾਨਕ ਹੀ ਮਿਊਜ਼ਿਕ ਦੇ ਵਿੱਚ ਇਹ ਪਿਆਨੋ ਬੰਦ ਹੋ ਜਾਂਦੀ ਹੈ, ਤੇ ਫਿਰ ਜਦੋਂ ਬਾਈ ਦੇ ਬੋਲ ਆਉਂਦੇ ਨੇ ਫਿਰ ਬੀਟ ਚੇਂਜ ਹੋ ਕੇ ਇੱਕ ਨਵੀਂ ਬੀਟ ਚੱਲ ਪੈਂਦੀ ਹੈ। ਫਿਰ ਜਦੋਂ ਸਿੱਧੂ ਬਾਈ ਦੀਆਂ ਲਾਈਨਾਂ ਖਤਮ ਹੁੰਦੀਆਂ ਨੇ, ਫਿਰ ਥੋੜਾ ਜਿਹਾ ਗੈਪ ਦਿੱਤਾ ਹੋਇਆ ਮਿਊਜ਼ਿਕ ਨੂੰ, ਤੇ ਫਿਰ ਇਸ ਤੋਂ ਬਾਅਦ ਫਰੈਡੋ ਦੀ ਜਿਹੜੀ ਰੈਪ ਸ਼ੁਰੂ ਹੋ ਜਾਂਦੀ ਹੈ। ਜੇਕਰ ਆਪਾਂ ਪੂਰੇ ਓਵਰਆਲ ਗਾਣੇ ਦੇ ਮਿਊਜ਼ਿਕ ਨੂੰ ਦੇਖੀਏ ਤਾਂ ਇਸ ਦੇ ਵਿੱਚ ਬਿਲਕੁਲ ਸੌਫਟ ਬੀਟ ਰੱਖੀ ਹੋਈ ਹੈ, ਇਹ ਵਾਲੀ ਪੂਰੇ ਗਾਣੇ ਦੀ ਥੀਮ ਵੀ ਹੈ। ਹੁਣ ਇੱਥੇ ਸਭ ਤੋਂ ਮੇਨ ਚੀਜ਼ ਹੈ ਬਾਈ ਦੇ ਲਿਰਿਕਸ ਤੇ, ਆਪਾਂ ਹੁਣ ਲਿਰਿਕਸ ਦੀ ਗੱਲ ਕਰ ਲੈਂਦੇ। ਜਿਵੇਂ ਕਿ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਬਾਈ ਨੇ ਕੁੜੀ ਦੇ ਵੱਲੋਂ ਲਿਰਿਕਸ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤੇ ਕੁੜੀ ਮੁੰਡੇ ਨੂੰ ਕਹਿ ਰਹੀ ਹੈ ਕਿ ਮੈਂ ਹੀਲ ਪਾ ਕੇ ਕੱਦ ਮੈਚ ਕਰਦੀ ਹਾਂ ਤੇਰੇ ਨਾਲ, ਹੀਲਾ ਪਾਪਾ ਕੱਦ ਕਰਾਂ ਮੈਚ ਤੇਰੇ ਨਾਲ। ਤੁਸੀਂ ਜਾਣਦੇ ਹੋ ਕਿ ਸਿੱਧੂ ਬਾਈ ਨੇ ਆਪਣੇ ਮੋਸਟਲੀ ਗਾਣਿਆਂ ਦੇ ਵਿੱਚ ਆਪਣੇ ਕੱਦ ਦੀ ਗੱਲ ਜ਼ਰੂਰ ਕੀਤੀ ਹੈ, 6-6 ਫੁੱਟੇ ਕੱਦ ਲੁੱਕ ਡੋਪ ਬੱਲੀਏ, ਤੇ ਇੱਕ ਦੋ ਗਾਣਿਆਂ 'ਚ ਤਾਂ ਸੇਮ ਇਦਾਂ ਦੀ ਹੀ ਚੀਜ਼ ਲਿਖੀ ਹੈ, ਕੁੜੀ ਤੇ ਮੁੰਡੇ ਨੂੰ ਆਪਸ ਦੇ ਵਿੱਚ ਕੰਪੇਅਰ ਕਰਦੇ ਹੋਏ ਉਹਨਾਂ ਦੋਨਾਂ ਦੀ ਹਾਈਟ ਦੇ ਬਾਰੇ ਗੱਲ ਕੀਤੀ ਸੀ। ਜਿਵੇਂ ਕਿ ਸੋਹਣੇ ਲੱਗਦੇ ਗਾਣੇ ਦੇ ਵਿੱਚ ਇੱਕ ਲਾਈਨ ਸੀ, ਏ ਤੂੰ 6 ਫੁੱਟ 2 ਤੇ ਮੈਂ 5 ਫੁੱਟ 11 ਵੇ, ਤੇ ਫਿਰ ਕੁੜੀ ਕਹਿੰਦੀ ਹੈ ਕਿ ਪਤਾ ਨਹੀਂ ਤੂੰ ਮੈਨੂੰ ਉਸ ਨਜ਼ਰ ਨਾਲ ਦੇਖਿਆ ਕਿ ਨਹੀਂ, ਪਤਾ ਨਹੀਂ ਤੂੰ ਮੈਨੂੰ ਉਦਾਂ ਦੇਖਿਆ ਜਾਂ ਨਹੀਂ, ਪਰ ਮੈਂ ਤੇਰੇ ਨਾਲ ਪੂਰੀ ਜ਼ਿੰਦਗੀ ਇਕੱਠੇ ਰਹਿਣ ਦੇ ਬਾਰੇ ਸੋਚੀ ਬੈਠੀ ਹਾਂ, ਤੇਰਾ ਲਾਈਫ ਵਾਲਾ ਜਉਣ ਨੂੰ ਮੈਂ ਬੈਜ ਤੇਰੇ ਨਾਲ। ਇਸ ਤੋਂ ਬਾਅਦ ਕੁੜੀ ਦਾ ਕਹਿਣਾ ਹੈ ਕਿ ਤੇਰੀ ਫੋਟੋ ਤੇ ਮੇਰੇ ਹੀ ਹਜ਼ਾਰਾਂ ਵਿਊ ਹੋ ਜਾਂਦੇ ਨੇ, ਮਤਲਬ ਕਿ ਮੈਂ ਹੀ ਤੇਰੀ ਫੋਟੋ ਨੂੰ ਹਜ਼ਾਰਾਂ ਵਾਰ ਵੇਖ ਲੈਣੀ ਆਂ, ਫੋਟੋ ਤੇਰੀ ਤੇ ਹਜ਼ਾਰ ਮੇਰੇ ਵਿਊ ਹੁੰਦੇ ਨੇ। ਤੇ ਜਦੋਂ ਕਿਸੇ ਨੂੰ ਪਹਿਲੀ ਵਾਰੀ ਪਿਆਰ ਹੁੰਦਾ ਹੈ ਤੇ ਉਸ ਫੀਲਿੰਗ ਨੂੰ ਬੜੀ ਵਧੀਆ ਤਰੀਕੇ ਨਾਲ ਆਪਣੀ ਗੀਤਕਾਰੀ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਬਾਈ ਨੇ ਲਿਖਣ ਦੀ ਕੋਸ਼ਿਸ਼ ਕੀਤੀ। ਫਿਰ ਬਾਈ ਦੀਆਂ ਇਹਨਾਂ ਲਾਈਨਾਂ ਤੋਂ ਬਾਅਦ ਰੈਪ ਆਉਂਦੀ ਹੈ ਫਰੈਡੋ ਦੀ, ਤੇ ਇਹਨਾਂ ਦੀ ਇੰਗਲਿਸ਼ ਮੈਨੂੰ ਤਾਂ ਸਮਝ ਨਹੀਂ ਆਈ ਸੁਣ ਕੇ, ਤੇ ਮੈਨੂੰ ਇਹਨੇ ਇੰਗਲਿਸ਼ ਆਉਂਦੀ ਵੀ ਨਹੀਂ, ਸੋ ਇਸ ਲਈ ਆਪਾਂ ਬਾਈ ਦੇ ਲਿਰਿਕਸ ਦੇ ਬਾਰੇ ਹੀ ਗੱਲ ਕਰਦੇ ਹਾਂ। ਫਿਰ ਕੁੜੀ ਦੇ ਵੱਲੋਂ ਮੁੰਡੇ ਨੂੰ ਸਵਾਲ ਪੁੱਛੇ ਜਾਂਦਾ ਕਿ ਮੈਂ ਕਨਫਿਊਜ਼ਨ ਦੇ ਵਿੱਚ ਆ, ਮੈਨੂੰ ਪਤਾ ਨਹੀਂ ਚੱਲ ਰਿਹਾ ਕਿ ਤੂੰ ਮੇਰੇ ਨਾਲ ਹੈ ਜਾਂ ਫਿਰ ਮੇਰਾ ਵਨ ਸਾਈਡ ਪਿਆਰ ਹੀ ਹੈ, ਕਦੇ ਮੈਨੂੰ ਲੱਗੇ ਵੇ ਤੂੰ ਮੇਰਾ ਹੀ, ਕਦੇ ਮੈਨੂੰ ਸਭ ਵਨ ਸਾਈਡ ਲੱਗਦਾ। ਤੇ ਫਿਰ ਬਾਈ ਨੇ ਲਾਸਟ ਲਾਈਨ ਵੀ ਬਹੁਤ ਘੈਂਟ ਲਿਖੀ ਹੈ, ਤੇ ਤੁਸੀਂ ਨੋਟਿਸ ਕੀਤਾ ਹੋਣਾ ਜਦੋਂ ਸਿੱਧੂ ਬਾਈ ਆਪਣੇ ਗਾਣੇ ਦੇ ਵਿੱਚ ਖੁਦ ਦਾ ਨਾਮ ਲੈਂਦੇ ਨੇ ਉਹ ਲਾਈਨ ਕਿੰਨੀ ਵਧੀਆ ਲੱਗਦੀ ਹੈ, ਦੂਜਾ
ਤੂੰ ਵੀ ਨਾ ਸੁਣੇ ਸਿੱਧੂ ਮੂਸੇ ਵਾਲਿਆ। ਹੁਣ ਤੁਸੀਂ ਪਤਾ ਨਹੀਂ ਕੀ ਸੋਚਦੇ ਹੋਵੋਗੇ, ਪਰ ਮੈਂ ਜਦੋਂ ਸਿੱਧੂ ਬਾਈ ਦੇ ਮੂੰਹੋਂ ਉਹਨਾਂ ਦਾ ਖੁਦ ਦਾ ਨਾਮ ਸੁਣਦਾ ਤਾਂ ਮੈਨੂੰ ਬਹੁਤ ਵਧੀਆ ਫੀਲਿੰਗ ਆਉਂਦੀ ਹੈ। ਸਿੱਧੂ ਬਾਈ ਆਪਣੇ ਖੁਦ ਦੇ ਨਾਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਬੋਲਦੇ ਨੇ, ਸਿੱਧੂ ਮੂਸੇ ਵਾਲਿਆ ਵੇ, ਸਿੱਧੂ ਮੂਸੇ ਵਾਲਿਆ। ਆਪਾਂ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਸਿੱਧੂ ਬਾਈ ਦੇ ਇਸ ਤੋਂ ਇਲਾਵਾ ਮੈਂ 9 ਗਾਣੇ ਜਿਹੜੇ ਲਿਸਟ ਦੇ ਵਿੱਚ ਰੱਖੇ ਨੇ ਉਹ ਇਹ ਵਾਲੇ ਗਾਣੇ ਨੇ, ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਹੁਣ ਇਹ ਜਿਹੜੇ ਟੋਟਲ 10 ਗਾਣੇ ਨੇ ਅਟੈਚ ਸੌਂਗ ਨੂੰ ਮਿਲਾ ਕੇ, ਇਹਨਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ, ਇਹ ਉਹ ਸੌਂਗ ਨੇ ਜਿਨ੍ਹਾਂ ਦੇ ਵਿੱਚ ਸਿੱਧੂ ਬਾਈ ਨੇ ਲਿਰਿਕਸ ਲਿਖੇ ਨੇ, ਪਰ ਸਿੱਧੂ ਬਾਈ ਨੇ ਕੁੜੀ ਦੇ ਪੱਖ ਦੇ ਵਿੱਚੋਂ ਲਿਰਿਕਸ ਬੋਲੇ ਨੇ, ਯਾਨੀ ਕਿ ਕੁੜੀ ਦੇ ਵੱਲੋਂ ਮੁੰਡੇ ਨੂੰ ਗੱਲ ਕਹੀ ਗਈ ਹੈ ਇਹਨਾਂ ਸਾਰੇ ਗਾਣਿਆਂ ਦੇ ਵਿੱਚ। ਇਹ ਵਾਲੀ ਸੇਮ ਚੀਜ਼ ਸਿੱਧੂ ਬਾਈ ਨੇ ਅਟੈਚ ਗਾਣੇ ਦੇ ਵਿੱਚ ਵੀ ਰੱਖੀ ਹੈ। ਅਟੈਚ ਗਾਣੇ ਨੂੰ ਸਿੱਧੂ ਬਾਈ ਨੇ ਇਦਾਂ ਲਿਖਿਆ ਜਿਵੇਂ ਕੁੜੀ ਮੁੰਡੇ ਨੂੰ ਹੀ ਗੱਲ ਕਹਿ ਰਹੀ ਹੋਵੇ। ਆਪਾਂ ਇਹ ਕਹਿ ਸਕਦੇ ਹਾਂ ਕਿ ਸਿੱਧੂ ਬਾਈ ਨੇ ਜਿਹੜੇ ਵੀ ਕੁੜੀਆਂ ਵਾਲੇ ਗਾਣੇ ਲਿਖੇ ਨੇ ਜਾਂ ਇਦਾਂ ਦੇ ਰੋਮਾਂਟਿਕ ਜਾਂ ਸੈਡ ਸੌਂਗ ਲਿਖੇ ਨੇ, ਉਹਦੇ ਵਿੱਚ ਜ਼ਿਆਦਾਤਰ ਸਿੱਧੂ ਬਾਈ ਖੁਦ ਨਹੀਂ ਬੋਲਦੇ ਕੁੜੀ ਨੂੰ ਗੱਲ, ਉਹ ਕੁੜੀ ਦੇ ਵੱਲੋਂ ਗੱਲ ਮੁੰਡੇ ਨੂੰ ਬੋਲੀ ਜਾ ਰਹੀ ਹੁੰਦੀ ਹੈ। ਇੱਥੇ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੂੰਗਾ, ਜਦੋਂ ਸਿੱਧੂ ਮੂਸੇਵਾਲਾ ਬਾਈ ਦਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇੱਕ ਸ਼ੋਅ ਲੱਗਿਆ ਸੀ, ਉਹਦੇ ਵਿੱਚ ਸਿੱਧੂ ਬਾਈ ਨੇ ਇਹ ਕਿਹਾ ਸੀ ਕਿ ਮੇਰਾ ਤਵਾ ਬਾਕੀ ਕਲਾਕਾਰਾਂ ਨਾਲੋਂ ਵੱਧ ਲੱਗਦਾ, ਯਾਨੀ ਕਿ ਮੇਰਾ ਮਜ਼ਾਕ ਜ਼ਿਆਦਾ ਉਡਾਉਂਦੇ ਨੇ ਲੋਕ, ਤੇ ਬਾਈ ਦਾ ਕਹਿਣਾ ਸੀ ਕਿ ਲੋਕ ਮੈਨੂੰ ਇਹ ਕਹਿੰਦੇ ਨੇ ਕਿ ਤੂੰ ਬਰੂਦ ਬਰਾਦ ਤਾਂ ਨਹੀਂ ਖਾਦਾ ਸੀ, ਜਿਹੜਾ ਤੂੰ ਇਦਾਂ ਦੇ ਗਾਣੇ ਲਿਖਦਾ ਤੇ ਮਾੜਾ ਮੋਟਾ ਕੁੜੀਆਂ ਦੇ ਵੱਲ ਵੀ ਹੋ ਜਾਇਆ ਕਰ, ਯਾਨੀ ਕਿ ਕੁੜੀਆਂ ਦੇ ਪੱਖ ਦੇ ਵਿੱਚ ਵੀ ਕੋਈ ਨਾ ਕੋਈ ਗਾਣਾ ਕਰਦੇ। ਤੇ ਇਸ ਤੋਂ ਪਹਿਲਾਂ ਸਿੱਧੂ ਬਾਈ ਦੇ ਗਾਣੇ ਜ਼ਿਆਦਾਤਰ ਗੈਂਗਸਟਾ ਵਾਈਬ ਵਾਲੇ ਹੀ ਆਉਂਦੇ ਸੀ, ਫਿਰ ਸਿੱਧੂ ਬਾਈ ਨੇ ਲੋਕਾਂ ਦੀ ਡਿਮਾਂਡ ਨੂੰ ਵੀ ਦੇਖਿਆ ਤੇ ਬੈਲੈਂਸ ਕਰਕੇ ਚੱਲੇ ਉਹ ਆਪਣੇ ਗਾਣਿਆਂ ਦੇ ਵਿੱਚ, ਤੇ ਫਿਰ ਇਹ ਜਿਹੜੇ 9-10 ਗਾਣੇ ਮੈਂ ਦੱਸੇ ਨੇ ਇਹ ਗਾਣੇ ਬਣਾਏ ਸਿੱਧੂ ਮੂਸੇਵਾਲਾ ਬਾਈ ਨੇ। ਇਹਦੇ ਵਿੱਚ ਇੱਕ ਡਿਟੇਲ ਵਾਲੀ ਚੀਜ਼ ਇਹ ਹੈ ਕਿ ਜਦੋਂ ਅਟੈਚ ਗਾਣੇ ਨੂੰ ਤੁਸੀਂ ਧਿਆਨ ਨਾਲ ਸੁਣੋਗੇ ਉਹਦੇ ਵਿੱਚ ਸਿੱਧੂ ਬਾਈ ਜਿਹੜੀ ਹੇਕ ਲਾ ਰਹੇ ਨੇ, ਯਾਨੀ ਕਿ ਇੱਕ ਲਾਈਨ ਖਤਮ ਹੋਣ ਤੋਂ ਬਾਅਦ ਸੁਰ ਲਾ ਰਹੇ ਨੇ, ਹੇਕ ਨਹੀਂ ਆਪਾਂ ਕਹਿ ਸਕਦੇ। ਇਹ ਵਾਲੀ ਚੀਜ਼ ਤੁਸੀਂ ਬਾਕੀ ਜਿਹੜੇ ਮੈਂ ਲਿਸਟ ਦੇ ਵਿੱਚ ਗਾਣੇ ਦੱਸੇ ਨੇ ਇਹਨਾਂ ਵਿੱਚ ਵੀ ਫੀਲ ਕਰ ਸਕਦੇ ਹੋ। ਤੇ ਹੁਣ ਤੁਸੀਂ ਇਹ ਸੇਮ ਚੀਜ਼ ਸੁਣ ਕੇ ਸਮਝ ਹੀ ਗਏ ਹੋਵੋਗੇ ਕਿ ਸਿੱਧੂ ਬਾਈ ਆਪਣੇ ਗਾਣੇ ਨੂੰ ਕਿੰਨਾ ਨੈਕਸਟ ਲੈਵਲ ਬਣਾਉਣ ਦੀ ਕੋਸ਼ਿਸ਼ ਕਰਦੇ ਸੀ। ਉਹਨਾਂ ਦੀ ਜਿਹੜੀ ਫੀਲਿੰਗ ਸੀ ਗਾਣਾ ਬਣਾਉਂਦੇ ਹੋਏ ਉਹ ਆਪਾਂ ਨੂੰ ਬਾਈ ਦੀ ਵੋਕਲ ਦੇ ਵਿੱਚ ਦਿਖਦੀ ਵੀ ਹੈ। ਇਸ ਲਈ ਸਿੱਧੂ ਬਾਈ ਨੂੰ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਕੁੜੀਆਂ ਲਈ ਇਹਨਾਂ ਨੇ ਗਲਤ ਗਾਣੇ ਬਣਾਏ ਨੇ, ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਬਾਈ ਦਾ ਇਹੀ ਸਟਾਈਲ ਸੀ ਕਿ ਕੁੜੀ ਦੇ ਵੱਲੋਂ ਮੁੰਡੇ ਨੂੰ ਗੱਲ ਕਹੀ ਜਾਣੀ ਚਾਹੀਦੀ ਹੈ। ਯਾਰ ਹੁਣ ਬਾਈ ਦਾ ਗਾਣਾ ਵੀ ਆ ਗਿਆ, ਤੁਸੀਂ ਸਾਰਿਆਂ ਨੇ ਦੇਖ ਵੀ ਲਿਆ, ਸੁਣ ਵੀ ਲਿਆ ਗਾਣਾ, ਪਰ ਜਦੋਂ ਕੋਈ ਵੀ ਨਵਾਂ ਗਾਣਾ ਆਉਣਾ ਹੁੰਦਾ ਉਦੋਂ ਤਾਂ ਆਪਾਂ ਨੂੰ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ, ਪਰ ਜਦੋਂ ਉਹ ਗਾਣਾ ਸੁਣ ਲੈਂਦੇ ਹਾਂ ਆਪਾਂ ਉਦੋਂ ਕਿੰਨਾ ਦੁੱਖ ਹੁੰਦਾ ਆਪਾਂ ਸਾਰਿਆਂ ਨੂੰ ਤੁਸੀਂ ਇਹ ਫੀਲ ਕਰਦੇ ਹੀ ਹੋਵੋਗੇ, ਕਿਉਂਕਿ ਆਪਾਂ ਨੂੰ ਰਿਲਾਈਜ਼ ਹੁੰਦਾ ਕਿ ਬਾਈ ਆਪਣੇ ਵਿੱਚ ਨਹੀਂ ਹੈ। ਤੇ ਦੂਜੀ ਗੱਲ ਇਹ ਗਾਣੇ ਦੇ ਜਿਹੜੇ ਲਿਰਿਕਸ ਨੇ ਉਹ ਸੁਣ ਕੇ ਇਦਾਂ ਵੀ ਲੱਗਦਾ ਕਿ ਪਤਾ ਨਹੀਂ ਬਾਈ ਨੇ ਕਿਹੜੇ ਮਾਈਂਡਸੈਟ ਨਾਲ ਇਹ ਸਾਰੇ ਲਿਰਿਕਸ ਲਿਖੇ ਹੋਣਗੇ, ਤੇ ਇਦਾਂ ਵੀ ਹੋ ਸਕਦਾ ਕਿ ਸਿੱਧੂ ਬਾਈ ਜਿਹੜੇ ਹੋਣ ਵਾਲੀ ਵਾਈਫ ਸੀ ਉਹਨਾਂ ਲਈ ਇਹ ਡੈਡੀਕੇਟ ਕੀਤੇ ਹੋਣ ਲਿਰਿਕਸ। ਦੇਖੋ ਗੱਲਾਂ ਬਹੁਤ ਨੇ, ਕਈ ਵਾਰੀ ਆਪਾਂ ਜਿਹੜੀ ਚੀਜ਼ ਬਾਈ ਦੇ ਲਈ ਫੀਲ ਕਰ ਰਹੇ ਹੁੰਦੇ ਆ, ਉਹਨਾਂ ਦੇ ਜਾਣ ਦਾ ਦੁੱਖ ਮਹਿਸੂਸ ਕਰ ਰਹੇ ਹੁੰਦੇ ਆ, ਉਹ ਕਈ ਵਾਰੀ ਕੈਮਰੇ ਦੇ ਸਾਹਮਣੇ ਬੋਲ ਕੇ ਦੱਸੀਆਂ ਵੀ ਨਹੀਂ ਜਾਂਦੀਆਂ, ਤੇ ਮੈਂ ਇਹ ਵਾਲੀ ਗੱਲ ਸੁਣ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ ਅੰਦਰੋਂ ਵੀ। ਬਾਈ ਇਹਨਾਂ ਦੋ ਲਾਈਨਾਂ ਦੇ ਵਿੱਚ ਸਿੱਧੂ ਬਾਈ ਦੇ ਸਾਰੇ ਫੈਨਸ ਦੀ ਉਹਨਾਂ ਦੇ ਮਾਪਿਆਂ ਦੀ ਫੀਲਿੰਗ ਨੂੰ ਬੋਲ ਗਿਆ ਹੋਵੇ, ਜਿਵੇਂ ਕਿ ਸਿੱਧੂ ਬਾਈ ਨੇ ਲਿਖਿਆ ਕਿ ਸੁਪਨਿਆਂ ਵਿੱਚ ਜੋ ਕਰੀਬ ਹੁੰਦੇ ਨੇ ਰੀਅਲ ਲਾਈਫ ਵਿੱਚ ਦੂਰ ਇੰਨੇ ਕਿਉਂ ਹੁੰਦੇ ਨੇ। ਹੁਣ ਇਹ ਲਾਈਨਾਂ ਸੁਣ ਕੇ ਕੋਈ ਵੀ ਇਮੋਸ਼ਨਲ ਹੋ ਜਾਊਗਾ, ਆਪਣੇ ਸਾਰਿਆਂ ਦੀ ਇਹ ਫੀਲਿੰਗ ਹੈ ਇਹਨਾਂ ਦੋ ਲਾਈਨਾਂ ਦੇ ਵਿੱਚ, ਤੇ ਜਿਹੜੇ ਬਾਈ ਨੂੰ ਪਿਆਰ ਕਰਦੇ ਨੇ ਆਪਾਂ ਸਾਰੇ ਇਹੀ ਸੋਚਦੇ ਰਹਿੰਦੇ ਹਾਂ ਕਿ ਕਈ ਵਾਰੀ ਬਾਈ ਸੁਪਨੇ ਦੇ ਵਿੱਚ ਤਾਂ ਦਿਖ ਜਾਂਦਾ, ਪਰ ਰੀਅਲ ਲਾਈਫ ਦੇ ਵਿੱਚ ਆਪਾਂ ਨੂੰ ਪਤਾ ਚੱਲਦਾ ਕਿ ਬਾਈ ਆਪਣੇ ਤੋਂ ਬਹੁਤ ਦੂਰ ਹੈ। ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਿੱਧੂ ਬਾਈ ਦੇ ਗਾਣੇ ਆਉਂਦੇ ਰਹਿਣੇ ਨੇ, ਇੱਕ ਟਾਈਮ ਇਦਾਂ ਦਾ ਵੀ ਆਊਗਾ ਜਦੋਂ ਸਿੱਧੂ ਬਾਈ ਦੇ ਬਹੁਤ ਘੱਟ ਗਾਣੇ ਰਹਿ ਜਾਣੇ ਨੇ। ਹੁਣ ਆਪਾਂ ਕਈ ਵਾਰੀ ਇਹ ਚੀਜ਼ਾਂ ਸੋਚ ਕੇ ਖੁਸ਼ ਵੀ ਹੋ ਜਾਂਦੇ ਹਾਂ ਕਿ ਸਿੱਧੂ ਬਾਈ ਦੇ ਹੋਰ ਵੀ ਕਾਫੀ ਸਾਰੇ ਗਾਣੇ ਪਏ ਨੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਸੁਣਨ ਨੂੰ ਮਿਲਣਗੇ ਜਾਂ ਉਹਨਾਂ ਦੀ ਵੀਡੀਓ ਦੇਖਣ ਨੂੰ ਮਿਲੂਗੀ, ਇੱਕ ਟਾਈਮ ਤੇ ਆ ਕੇ ਆਪਣੀ ਇਹ ਫੀਲਿੰਗ ਵੀ ਖਤਮ ਹੋ ਜੂਗੀ। ਪਰ ਜਿਵੇਂ ਕਿ ਬਾਈ ਦੇ ਸਾਰੇ ਚਾਹਣ ਵਾਲੇ ਲੱਗੇ ਹੀ ਹੋਏ ਨੇ ਕਿ ਬਾਈ ਨੂੰ ਜਸਟਿਸ ਵੀ ਮਿਲ ਜਾਂਦਾ,
ਤੇ ਸ਼ਾਇਦ ਮੇਰੇ ਤੋਂ ਅੱਗੇ ਹੋਰ ਕੁਝ ਨਾ ਬੋਲਿਆ ਜਾਵੇ। ਆਪਾਂ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ। ਤੁਹਾਨੂੰ ਵੀਡੀਓ ਕਿਵੇਂ ਲੱਗੀ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਬਾਈ ਦੇ ਇਸ ਗਾਣੇ ਦੇ ਵਿੱਚ ਤੁਹਾਨੂੰ ਕਿਹੜੀ ਲਾਈਨ ਸਭ ਤੋਂ ਘੈਂਟ ਲੱਗੀ ਤੁਸੀਂ ਇਹ ਵੀ ਜ਼ਰੂਰ ਦੱਸਿਓ, ਤੇ ਜਾਂਦੇ ਜਾਂਦੇ ਤੁਸੀਂ ਕਮੈਂਟਾਂ ਦੇ ਵਿੱਚ #justiceforਸਿੱਧੂਮੂਸੇਵਾਲਾ ਜ਼ਰੂਰ ਲਿਖ ਕੇ ਜਾਇਓ।